ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਕਿੱਦਾਂ ਪੰਜਾਬ ਦੀਆਂ ਧੀਆਂ ਨੂੰ ਵਿਆਹ ਦਾ ਝਾਂਸਾ ਦੇ ਇਹ ਚਾਰ ਔਰਤਾਂ ਮੋਟੀ ਰਕਮ ਵਸੂਲ ਅੱਗੇ ਵੇਚ ਦਿੰਦੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰਿਓ, ਇਹ ਦੁਖਦਾਈ ਤੇ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ ਲੁਧਿਆਣਾ ਤੋਂ, ਜਿੱਥੇ ਥਾਣਾ ਸ਼ਿਮਲਾਪੁਰੀ ਦੇ ਪੁਲਿਸ ਨੇ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਅੱਗੇ ਵੇਚਣ ਵਾਲੇ ਇੱਕ ਸ਼ਾਤਿਰ ਗਿਰੋਹ ਨੂੰ ਗ੍ਰਿਫਤ ਦੇ ਵਿੱਚ ਲਿੱਤਾ ਹੈ ਤੇ ਇਸ ਗਿਰੋਹ ਦੇ 5 ਮੈਂਬਰ ਪੁਲਿਸ ਨੇ ਕਾਬੂ ਕੀਤੇ ਨੇ। ਪ੍ਰੈਸ ਕਾਨਫਰੰਸ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਆਰੋਪੀਆਂ ਦੇ ਵਿੱਚ 4 ਔਰਤਾਂ ਨੇ ਅਤੇ 1 ਆਦਮੀ ਹੈ। ਪੁਲਿਸ ਮੁਤਾਬਿਕ ਇਹ ਸ਼ਾਤਿਰ ਫੜੇ ਗਏ ਅਪਰਾਧੀ ਭੋਲੀਆਂ ਭਾਲੀਆਂ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਤਾਂ ਫਸਾ ਲੈਂਦੇ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮੋਟੀਆਂ ਰਕਮਾਂ ਲੈ ਕੇ ਮਾਨਵ ਤਸਕਰੀ ਜ਼ਰੀਏ ਅੱਗੇ ਵੇਚ ਦਿੱਤਾ ਜਾਂਦਾ ਸੀ। ਬਹਰਹਾਲ ਇਸ ਗਿਰੋਹ ਨੇ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਅਤੇ ਕਿੰਨੀਆਂ ਕੁੜੀਆਂ ਅੱਗੇ ਵੇਚੀਆਂ ਨੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਪੁਲਿਸ ਨੂੰ ਉਮੀਦ ਹੈ ਕਿ ਬਹੁਤ ਵੱਡੇ ਅਤੇ ਅਹਿਮ ਖੁਲਾਸੇ ਹੋ ਸਕਦੇ ਨੇ। ਇਹ ਕੱਲ ਸਾਡੇ ਇੰਸਪੈਕਟਰ ਪ੍ਰਮੋਦ ਕੁਮਾਰ SHO ਸ਼ਿਮਲਾਪੁਰੀ ਤੇ ਇਹਨਾਂ ਦੇ ਨਾਲ ਪ੍ਰੋਬੇਸ਼ਨਲ ਸਬ ਇੰਸਪੈਕਟਰ ਇਹਨਾਂ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਦੇ ਏਰੀਏ ਦੇ ਵਿੱਚ ਕੋਈ ਇੱਦਾਂ ਦਾ ਗੈਂਗ ਹੈ ਜਿਹੜਾ ਕਿ ਲੜਕੀਆਂ ਦੇ ਆਦਾਨ ਪ੍ਰਦਾਨ ਕਰਾਉਂਦਾ ਪੈਸੇ ਲੈ ਕੇ। ਤਾਂ ਉਸ ਸੰਦਰਭ 'ਚ ਇਹਨਾਂ ਨੇ ਕੱਲ੍ਹ ਰਾਣੀ ਪਤਨੀ ਪਾਲਾ, ਪਾਲਾ ਪੁੱਤਰ ਫੁੱਲਾ ਰਾਮ, ਗੁਰਮੀਤ ਕੌਰ, ਜਸਵਿੰਦਰ ਕੌਰ ਅਤੇ ਆਸ਼ਾ ਰਾਣੀ ਨੂੰ ਅਰੈਸਟ ਕੀਤਾ ਹੈ। ਮਸਲਾ ਇਹਨਾਂ ਦਾ ਇਹ ਸਾਹਮਣੇ ਆਇਆ ਜਦੋਂ ਮੁਕੱਦਮਾ ਕਾਇਮ ਕੀਤਾ ਹੈ ਆਫਟਰ ਇਨਵੈਸਟੀਗੇਸ਼ਨ ਕਿ ਇਹ ਜਿਹੜਾ ਇੱਕ ਸੁਨੀਲ ਪੁੱਤਰ ਧਰਮਵੀਰ ਨਾਂ ਦਾ ਲੜਕਾ ਬੰਦਾ ਹੈ ਹਿਸਾਬ ਦਾ, ਇਹਦੀ ਸ਼ਾਦੀ ਨਹੀਂ ਹੋ ਰਹੀ ਸੀ ਅਤੇ ਇਹਨੂੰ ਲਾਲਚ ਦੇ ਕੇ ਤੈਨੂੰ ਇੱਥੋਂ ਅਸੀਂ ਸ਼ਾਦੀ ਕਰਾ ਦਿੰਦੇ ਹਾਂ ਪਰ ਤੈਨੂੰ ਪੈਸੇ ਦੇਣੇ ਪੈਣਗੇ। ਅਤੇ ਇੱਥੇ 2 ਲੜਕੀਆਂ ਹਨ, ਸੋਨੀਆ ਅਤੇ ਬਾਲਾ, ਉਹਨਾਂ ਦੀ ਫੋਟੋ ਵਟਸਐਪ ਕਰਕੇ ਅਤੇ ਇਹਨਾਂ ਦਾ ਸੌਦਾ ਕਰਾਇਆ ਇਸ ਇਹਨਾਂ ਲੇਡੀਜ਼ ਨੇ। ਅਤੇ ਉਹ ਕੱਲ੍ਹ ਉਹਨਾਂ ਨੂੰ ਇੱਥੇ ਬੁਲਾਇਆ ਉਹਨੂੰ ਹੈਂਡਓਵਰ ਕਰਨ ਲਈ, ਪਰ ਜਦੋਂ ਉਹ ਲੜਕੀਆਂ ਸਕਿੱਪ ਕਰ ਗਈਆਂ, ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਪਕੜ ਲਾਂਗੇ। ਅਤੇ ਇੱਕ ਸਪਨਾ ਨਾਂ ਦੀ ਲੜਕੀ ਜਿਹੜੀ ਸੀ ਉਹ ਇਹਨਾਂ ਨੇ ਉਹਨੂੰ ਧੱਕੇ ਨਾਲ, ਕਿਉਂਕਿ ਪੈਸੇ ਲਏ ਸੀ ਅਤੇ ਉਹਨੂੰ ਧੱਕੇ ਨਾਲ ਭੇਜਣ ਲੱਗੇ ਸੀ, ਜਿਹੜੀ ਇਹ ਲਾਈਮ ਲਾਈਟ 'ਚ ਗੱਲ ਆ ਗਈ। ਅਤੇ ਸ਼ਿਮਲਾਪੁਰੀ ਪੁਲਿਸ ਨੇ ਮੁਕੱਦਮਾ 115 ਅੰਡਰ ਸੈਕਸ਼ਨ 370 34 IPC ਰਜਿਸਟਰ ਕੀਤਾ। ਇਹ ਬ੍ਰਦਰ ਪੜਤਾਲ ਕਰ ਰਹੇ ਹਨ, ਰਿਕਾਰਡ ਦੀ ਵੀ ਇਹ, ਕਿਉਂਕਿ ਇਹ ਸਾਰਦੀਆਂ ਹਨ। ਇਹਦੇ ਵਿੱਚ ਜਿਹੜੇ ਮੀਆਂ ਬੀਬੀ ਹੈ ਪਾਲਾ ਅਤੇ ਰਾਣੀ, ਇਹ ਮੀਰਜ਼ਾਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਸ ਬਰਾਦਰੀ ਦੇ ਹਾਂ, ਇਹ ਮੰਗਦੇ ਵੀ ਇਹ ਵਿਆਹ ਸ਼ਾਦੀ 'ਤੇ ਜਾਂਦੇ, ਉੱਥੋਂ ਹੀ ਇਹਨਾਂ ਦਾ ਆਪਸ 'ਚ ਕੰਟੈਕਟ ਹੋਇਆ ਹੈ। ਕਿਵੇਂ ਕਿਵੇਂ ਅਸਟੈਬਲਿਸ਼ ਹੋਇਆ, ਕੀ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਹੈ, ਉਹ ਕੰਸਰਨਡ ਪੁਲਿਸ ਸਟੇਸ਼ਨ ਤੋਂ ਅਸੀਂ ਪਤਾ ਕਰ ਲਵਾਂਗੇ। ਅਜੇ ਤਾਂ ਪਹਿਲੇ ਇਹੀ ਲਾਈਮ ਲਾਈਟ 'ਚ ਆਈ ਹੈ, ਅਗਾਂਹ ਅਸੀਂ ਪੜਤਾਲ ਕਰਕੇ ਅਸਟੈਬਲਿਸ਼ ਕਰਾਂਗੇ ਕਿ ਅਗਾਂਹ ਇਹਨਾਂ ਨੇ ਪਹਿਲੇ ਕਿੰਨੀਆਂ ਕਰਾਈਆਂ। ਅਸੀਂ ਅਕਸਰ ਵੇਖਦੇ ਹਾਂ ਕਿ ਅਖਬਾਰਾਂ ਦੇ ਵਿੱਚ ਬਹੁਤ ਸਾਰੇ ਰਿਸ਼ਤਿਆਂ ਵਾਸਤੇ ਇਸ਼ਤਿਹਾਰ ਆਉਂਦੇ ਨੇ, ਆਨਲਾਈਨ ਵੀ ਬਹੁਤ ਸਾਰੀਆਂ ਵੈਬਸਾਈਟਸ ਅਜਿਹੀਆਂ ਨੇ ਜੋ ਰਿਸ਼ਤਿਆਂ ਵਾਸਤੇ ਖੁੱਲੀਆਂ ਹੋਈਆਂ ਨੇ, ਪਰ ਜੇਕਰ ਅਸੀਂ ਆਪਣੇ ਕਿਸੇ ਬੱਚੇ ਦਾ ਰਿਸ਼ਤਾ ਕਿਤੇ ਵੀ ਕਰਨ ਜਾ ਰਹੇ ਹਾਂ, ਖਾਸ ਕਰਕੇ ਬੱਚੀ ਦਾ ਰਿਸ਼ਤਾ ਅਗਰ ਕਿਤੇ ਕਰਨ ਜਾ ਰਹੇ ਹਾਂ, ਤਾਂ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈਏ, ਤੇ ਬੱਚੀਆਂ ਦਾ ਵੀ ਫਰਜ਼ ਬਣਦਾ ਹੈ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ। ਕਿਉਂਕਿ ਬੀਤੇ ਦਿਨ ਇੱਕ ਮਾਮਲਾ ਹਰਿਆਣਾ ਤੋਂ ਵੀ ਸਾਹਮਣੇ ਆਇਆ, ਜਿੱਥੇ ਘਰ ਦੀ ਇੱਕ 15 ਸਾਲਾ ਕੁੜੀ ਘਰ ਚੋਂ 50,000 ਕੈਸ਼ ਅਤੇ 18 ਤੋਲੇ ਸੋਨਾ ਲੈ ਕੇ
ਫਰਾਰ ਹੋ ਗਈ ਆਪਣੀ ਇੱਕ ਮਹਿਲਾ ਮਿੱਤਰ ਦੇ ਨਾਲ ਹੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਗਿਰੋਹ ਦੇ ਤਾਰ ਕਿੱਥੇ ਕਿੱਥੇ ਜੁੜੇ ਨੇ ਅਤੇ ਕਿੰਨੀਆਂ ਕੀਤੀਆਂ ਦੀ ਜ਼ਿੰਦਗੀ ਇਸ ਗਿਰੋਹ ਨੇ ਬਰਬਾਦ ਕੀਤੀ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।